ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ, ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਅਸੀਂ 8ਵੀਂ ਕਲਾਸ ਦੀ ਪੁਸਤਕ ਵਿੱਚ ਦਰਜ ਕਵਿਤਾ ਪਾਠ ਨੰਬਰ 5 ਉੱਦਮ ਕਰੀ ਜ਼ਰੂਰ ਪੜ੍ਹਾਂਗੇ। ਪਾਠ 5 ਉੱਦਮ ਕਰੀ ਜ਼ਰੂਰ। ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ। ਬਿਨ ਉੱਦਮ ਹੱਥ ਸਖਣੇ ਰਹਿਸਨ ਉੱਦਮ ਥੀ ਭਰਪੂਰ। ਜੇ ਚਾਹੇ ਪੁੱਜਣਾ ਮੰਜ਼ਿਲ 'ਤੇ ਵਗੀ ਜਿਵੇਂ ਦਰਿਆ। ਤੋਰ ਨਿਰੰਤਰ ਨਾ ਜ਼ਿੰਦਗੀ ਦਾ ਮੌਤ ਕਦਮ ਰੁਕਿਆ। ਜੇ ਕਿਧਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼। ਜ਼ਿੰਦਗੀ ਜਾਣੀ ਘੋਲ ਲੰਬੇਰਾ ਜਿੱਤ ਵਿੱਚ ਰੱਖ ਵਿਸ਼ਵਾਸ। ਜੇ ਕਿਧਰੇ ਮਨ ਦੇ ਅੰਬਰ 'ਤੇ ਛਾਏ ਕੋਰ ਉਦਾਸੀ ਮਨ ਦਾ ਮਾਲਕ ਬਣਨ ਨਾ ਦੇਵੀਂ। ਇਹ ਤਾਂ ਤੇਰੀ ਦਾਸੀ ਤੇਰੇ ਮਨ ਵਿੱਚ ਰੋਸ਼ਨ ਸੂਰਜ ਚੰਦਰਮਾ ਤੇ ਤਾਰੇ। ਕਦਮਾਂ ਦੇ ਵਿੱਚ ਮੰਜ਼ਲਾਂ ਤੇਰੇ ਸਮਝ ਲਵੇ ਜੇ ਪਿਆਰੇ। ਤੇਰੇ ਖਿੜਨ ਤੋਂ ਜਗ ਨੇ ਖਿੜਨਾ ਮੁਰਝਾਇਆ ਮੁਰਝਾਵੇ। ਵੰਡ ਸੁਗੰਧੀਆਂ ਪ੍ਰੀਤ ਸੁਨੇਹੇ ਨਿੱਘੇ ਪਿਆਰ ਕਲਾਵੇਂ। ਸਿਦਕ ਲਗਨ ਦੇ ਤਕੜੇ ਖੰਭੇ ਉੱਡਣਾ ਉੱਚ ਸਮਾਨੀ। ਥਲ ਸਾਗਰ ਵੀ ਰੋਕ ਸਕੰਨਾ ਤੇਰੀ ਸਹਿਜ ਰਵਾਨੀ। ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ। ਬਿਨ ਉੱਦਮ ਹੱਥ ਸਖਣੇ ਰਹਿਸਨ ਉੱਦਮ ਥੀ ਭਰਪੂਰ। ਹੁਣ ਅੱਗੇ ਪਾਠ ਅਭਿਆਸ। ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ। ਜੇ ਕਿਧਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼। ਜ਼ਿੰਦਗੀ ਜਾਣੀ ਘੋਲ ਲੰਬੇਰਾ ਜਿੱਤ ਵਿੱਚ ਰੱਖ ਵਿਸ਼ਵਾਸ। ਭਾਵ ਕਿ ਮਨੁੱਖ ਨੂੰ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇੱਕ ਲੰਬਾ ਘੋਲ ਮੰਨਦਿਆਂ ਹੋਇਆਂ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸਿਦਕ ਲਗਨ ਦੇ ਤਕੜੇ ਖੰਭੀ ਉੱਡਣਾ ਉੱਚ ਸਮਾਨੀ। ਥਲ ਸਾਗਰ ਵੀ ਰੋਕ ਸਕੰਨਾ ਤੇਰੀ ਸਹਿਜ ਰਵਾਨੀ। ਭਾਵ ਮਨੁੱਖ ਨੂੰ ਚਾਹੀਦਾ ਹੈ ਕਿ ਵਿਸ਼ਵਾਸ ਅਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨਿਆਂ ਵੱਲ ਇੰਨੀ ਨਿਰੰਤਰ ਚਾਲ ਨਾਲ ਵਧੇ ਅਤੇ ਕੋਈ ਰੁਕਾਵਟ ਵੀ ਉਸ ਨੂੰ ਰੋਕ ਨਾ ਸਕੇ। ਅਗਲਾ ਕੁਐਸਚਨ, ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ? ਉੱਤਰ, ਉੱਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੋਈ ਰੁਕਾਵਟ ਉਸਦਾ ਰਾਹ ਨਹੀਂ ਰੋਕਦੀ। ਔਖੇ ਸ਼ਬਦਾਂ ਦੇ ਅਰਥ, ਲੋਚੇ ਚਾਹੇ ਰਹਿਸਨ ਰਹਿਣਗੇ ਭਰਪੂਰ ਭਰੇ ਹੋਏ। ਕੋਲ, ਪਹਿਲਵਾਨਾਂ ਦੀ ਕੁਸ਼ਤੀ ਟਾਕਰਾ ਜੰਗ ਜਾਂ ਲੜਾਈ। ਦਾਸੀ ਸੇਵਾ ਕਰਨ ਵਾਲੀ। ਸਹਿਜ ਰਵਾਨੀ ਸੁਭਾਵਿਕ ਚਾਲ ਸਿਦਕ ਵਿਸ਼ਵਾਸ ਜਾਂ ਭਰੋਸਾ। ਵਾਕਾਂ ਵਿੱਚ ਵਰਤੋਂ, ਮੰਜ਼ਿਲ ਨਿਸ਼ਾਨਾ। ਉੱਦਮ ਕਰਨ ਨਾਲ ਮੰਜ਼ਿਲ ਜ਼ਰੂਰ ਮਿਲਦੀ ਹੈ। ਉੱਦਮ ਯਤਨ, ਉੱਦਮ ਕਰਨ ਵਾਲੇ ਰੁਕਾਵਟਾਂ ਤੋਂ ਨਹੀਂ ਘਬਰਾਉਂਦੇ। ਨਿਰੰਤਰ ਲਗਾਤਾਰ, ਮੈਂ ਇਸ ਵਾਰ ਨਿਰੰਤਰ ਪੜ੍ਹਾਈ ਕਰਾਂਗਾ। ਸੁਗੰਧੀਆਂ ਖੁਸ਼ਬੂਆਂ, ਬਗੀਚੇ ਦੇ ਫੁੱਲ ਸੁਗੰਧੀਆਂ ਛੱਡ ਰਹੇ ਹਨ। ਸਿਦਕ ਵਿਸ਼ਵਾਸ, ਅਸੀਂ ਸਿਦਕ ਨਾਲ ਖੇਡੇ ਅਤੇ ਮੈਚ ਜਿੱਤ ਗਏ। ਸੱਖਣੇ ਹੱਥ ਖਾਲੀ ਹੱਥ, ਮਿਹਨਤ ਕਰਨ ਵਾਲੇ ਦੇ ਹੱਥ ਕਦੇ ਵੀ ਸੱਖਣੇ ਨਹੀਂ ਰਹਿੰਦੇ। ਲੱਕ ਤੋੜਨਾ ਹੌਸਲਾ ਤੋੜ ਦੇਣਾ, ਜਵਾਨ ਪੁੱਤਰ ਦੀ ਮੌਤ ਨੇ ਉਸਦਾ ਲੱਕ ਤੋੜ ਦਿੱਤਾ। ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਉੱਦਮ ਕਰੀ ਜ਼ਰੂਰ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ। ਧੰਨਵਾਦ।